ਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਅਰ ਨਿਊ ਵਲੌਗ ਅਤੇ ਅਸੀਂ ਮਸਤਾਨ ਅਤੇ ਗਾਇਸ ਵਟਸਐਪ ਮੇਰਾ ਨਾਮ ਮਸਤਾਨ ਅਤੇ ਬਣਾ ਜਲ ਵਲੌਗ ਅਤੇ ਹੁਣ ਆਪਾਂ ਬੈਠੇ ਸੀਗੇ ਗੱਡੀ 'ਚ, ਆਪਾਂ ਚੱਲੇ ਹਾਂ ਸ਼੍ਰੀ ਦੁੱਖ ਨਿਵਾਰਨ ਸਾਹਿਬ ਅਤੇ ਅੱਜ ਹੈਗੀ ਨਾਲ ਵਿਸਾਖੀ ਵੀ, ਵਿਸਾਖੀ ਅੱਜ 13 ਅਪ੍ਰੈਲ ਆ, ਸੰਗਰਾਂਦ ਨੂੰ ਹੀ ਹੁੰਦੀ ਆ, ਬਾਕੀ ਅੱਜ ਪੰਚਮੀ ਵੀ ਆ ਅਤੇ ਤੁਹਾਨੂੰ ਆਪਾਂ ਦਿਖਾਉਂਦੇ ਹਾਂ ਬਾਹਰ ਟ੍ਰੈਫਿਕ ਬਹੁਤ ਆ, ਬਾਕੀ ਅਸੀਂ ਪ੍ਰੈਡਿਕਸ਼ਨ ਕਰੀ ਆ ਵੀ ਗੁਰਦੁਆਰੇ 'ਚ ਵੀ ਭੀੜ ਹੋਊਗੀ ਬਹੁਤ ਜ਼ਿਆਦਾ, ਭਵਿੱਖਬਾਣੀ ਪ੍ਰੈਡਿਕਸ਼ਨ। ਅਸੀਂ ਕਿਹੜੇ ਆ ਟ੍ਰੈਫਿਕ 'ਚ, ਪੂਰੇ ਹੈਗੇ ਨੇ 25 ਸਕਿੰਟ, ਅਸੀਂ ਗੁਰਦੁਆਰਾ ਸਾਹਿਬ ਪਹੁੰਚਣ ਵਾਲੇ ਹਾਂ ਅਤੇ ਉਹ ਦੇਖੋ ਮੂਹਰੇ ਸੈਕਿੰਡ ਚੱਲ ਰਹੇ ਨੇ ਅਤੇ ਉਹ ਸੀ ਗੁਰਦੁਆਰਾ ਸਾਹਿਬ, ਚਲੋ ਤੁਹਾਨੂੰ ਅਤੇ ਸਾਰੇ ਭੱਜ ਚੁੱਕੇ ਹਨ। ਆਹ ਦੇਖੋ ਮੈਂ ਤੁਹਾਨੂੰ ਪੂਰਾ ਟ੍ਰੈਫਿਕ ਦਿਖਾਉਂਦਾ, ਆਹ ਪਤਾ ਨਹੀਂ ਕੀ, ਆਹ ਪਤਾ ਨਹੀਂ, ਆਹ ਰੋਡ ਕ੍ਰੋਸ ਕਰਨ ਤੋਂ ਜਗ੍ਹਾ ਉੱਧਰੋਂ ਚੜ੍ਹ ਕੇ ਉੱਧਰੋਂ ਆਰਾਮ ਥੱਲੇ ਦੇਖਦੇ ਦੇਖਦੇ ਜਾਓ, ਉੱਧਰ ਵਾਲਿਆਂ ਵਿਚਾਰਿਆਂ ਨੂੰ 107 ਸਕਿੰਟ ਦਾ ਉਹ ਟਾਰਗੇਟ ਨਹੀਂ, ਟਾਰਗੇਟ ਨਹੀਂ ਮਤਲਬ ਕਿ ਉਹ ਟਾਈਮਰ ਵਿਚਾਰੇ 107 ਸਕਿੰਟ ਵਾਸਤੇ, 100 ਸਕਿੰਟ ਵਾਸਤੇ, ਹੁਣ ਮਤਲਬ ਸਿੱਧਾ ਅੰਦਰ। ਸੀਗਾ ਵੀ ਉੱਥੇ ਭੀੜ ਬਹੁਤ ਹੋਊਗੀ, ਉਵੇਂ ਹੀ ਅੰਦਰ ਜਾ ਕੇ ਦੇਖਿਆ ਤਾਂ ਭੀੜ ਬਹੁਤ ਜ਼ਿਆਦਾ ਸੀਗੀ, ਲਾਈਨ ਲੱਗੀ ਹੋਈ ਸੀਗੀ ਪੂਰੀ ਉੱਥੇ, ਅਤੇ ਆਉਂਦੇ ਹੋਏ ਲੇਟ ਹੋ ਗਏ, ਮਤਲਬ ਵੈਸੇ ਅਸੀਂ ਮੱਥਾ ਟੇਕਦੇ ਹਾਂ 1 ਘੰਟੇ 1.25 ਘੰਟੇ 'ਚ, ਬਟ ਅੱਜ ਟਿਕਿਆ 1.5 ਘੰਟੇ ਤੋਂ 1.25 ਘੰਟੇ ਦੇ ਵਿੱਚ ਵਿੱਚ, ਪਰ ਥੋੜ੍ਹਾ ਜਿਹਾ ਹੀ ਲੇਟ ਸੀਗਾ ਬਟ ਵਧੀਆ ਟੇਕਿਆ ਮਤਲਬ। ਅਤੇ ਉੱਥੇ ਜਦੋਂ ਪਾਰਕਿੰਗ ਵੀ ਪੂਰੀ ਭਰੀ ਹੋਈ ਸੀ ਬਟ ਸਾਨੂੰ ਸਾਹਮਣੇ ਜਾਂਦੇ ਹੀ ਖੁੱਲ੍ਹੀ ਜਗ੍ਹਾ ਮਿਲ ਗਈ, ਮਤਲਬ ਉੱਥੇ ਪਾਰਕਿੰਗ ਮਿਲ ਗਈ, ਅਤੇ ਹੁਣ ਅਸੀਂ ਖੜ੍ਹੇ ਨਹੀਂ ਸੀ ਬਾਜ਼ਾਰ 'ਚੋਂ ਆਏ ਹਾਂ ਸਮਾਨ ਲੈ ਕੇ, ਅਤੇ ਹੁਣ ਆਪਾਂ ਤੁਹਾਨੂੰ ਮਿਲਾਂਗੇ ਘਰ ਜਾਣ ਤੋਂ ਬਾਅਦ। ਅਤੇ ਅਸੀਂ ਮਸਤਾਨ, ਅਤੇ 3 ਟੀਚਰਸ ਦਿਖੇ ਸਾਡੇ ਸਕੂਲ ਦੇ, ਮਤਲਬ ਮੇਰਾ ਤਾਂ ਪੁਰਾਣਾ ਸਕੂਲ ਸੀਗਾ ਇਹਦੇ ਸਕੂਲ ਦੇ।